ਦਸੰਬਰ ਮਹੀਨੇ ਵਿੱਚ ਸਾਨੂੰ ਗੈਸ ਦਾ ਬਿੱਲ ਆਏਗਾ ਜ਼ੀਰੋ। ਬਿਲਕੁਲ ਠੀਕ ਸੁਣਿਆ ਹੈ ਜੀ। ਵੱਧਦੀ ਹੋਈ ਮਹਿੰਗਾਈ ਨੂੰ ਵੇਖ ਕੇ ਜਰਮਨ ਸਰਕਾਰ ਨੇ ਫੈਸਲਾ ਲਿਆ ਆ ਕਿ ਜਿਹੜਾ ਆਪਾਂ ਘਰਾਂ ਦੇ ਵਿੱਚ ਗੈਸ ਵਰਤਨੇ ਆ, ਆਉਣ ਵਾਲਾ ਮਹੀਨਾ ਦਸੰਬਰ ਜਿਹੜਾ 2022 ਦਾ, ਉਹਦੇ ਵਿੱਚ ਸਾਨੂੰ ਜਿਹੜਾ ਸਾਡੇ ਗੈਸ ਫੈਸੋਰਗਰ ਨੇ, ਜਿਹੜੇ ਪ੍ਰੋਵਾਈਡਰ ਨੇ ਸਾਡੇ ਗੈਸ ਜਿੱਥੋਂ ਆਪਾਂ ਗੈਸ ਲੈਂਦੇ ਹਾਂ ਕੰਪਨੀਆਂ ਕੋਲੋਂ, ਉਹ ਸਾਨੂੰ ਦਸੰਬਰ ਮਹੀਨੇ ਦਾ ਬਿੱਲ ਨਹੀਂ ਭੇਜਣਗੇ, ਨਾ ਹੀ ਸਾਨੂੰ ਪੇ ਕਰਨਾ ਪਏਗਾ, ਕਿਉਂਕਿ ਦਸੰਬਰ ਮਹੀਨੇ ਦਾ ਬਿੱਲ ਜਿਹੜਾ ਸਾਡੀ ਗੈਸ ਦਾ ਆ, ਸਰਕਾਰ ਆਟੋਮੈਟਿਕਲੀ ਜਿਹੜਾ ਆ ਉਹਨਾਂ ਨੂੰ ਪੇ ਕਰੇਗੀ। ਠੀਕ ਆ ਜੀ, ਵਧੀਆ ਨਿਊਜ਼ ਆ। ਅਤੇ ਨਾਲ ਦੇ ਨਾਲ ਹੀ ਮਾਰਚ 2023 ਦੇ ਵਿੱਚ ਜਿਹੜਾ ਆ ਗੈਸ ਦੀ ਇੱਕ ਲਿਮਿਟ ਬੰਨ ਦਿੱਤੀ ਜਾਏਗੀ, ਜਿਹੜਾ ਮੈਕਸੀਮਮ ਪ੍ਰਾਈਜ਼ ਆ ਗੈਸ ਦਾ ਪਰ ਕਿਲੋਵਾਟ ਦੇ ਹਿਸਾਬ ਨਾਲ ਜਿਹੜਾ 12 ਸੈਂਟ ਕਰ ਦਿੱਤਾ ਜਾਏਗਾ, ਅਤੇ ਫੈਨ ਵੈਰਮੇ ਜਿਹੜੀ ਆ 9.5 ਸੈਂਟ ਕਿਲੋਵਾਟ ਦੇ। ਅਤੇ ਜਦੋਂ ਗੈਸ ਦੇ ਪ੍ਰਾਈਜ਼ ਘਟਣਗੇ ਤਾਂ ਜ਼ਾਹਰ ਜੀ ਗੱਲ ਆ ਕਿ ਆਟੋਮੈਟਿਕਲੀ ਜਿਹੜਾ ਆ ਬਿਜਲੀ ਦੇ ਪ੍ਰਾਈਜ਼ ਵੀ ਜਿਹੜਾ ਆ ਉਹ ਘੱਟ ਜਾਣਗੇ। ਸੋ ਵਧੀਆ ਨਿਊਜ਼ ਆ। ਬਾਕੀ ਜਿਹੜੇ ਮੇਰੇ ਭੈਣ ਭਰਾ ਜਰਮਨ ਲਾਇਸੈਂਸ ਥਿਊਰੀ ਕਰ ਰਹੇ ਨੇ, ਆਪਾਂ ਟੋਟਲ ਜਿਹੜੇ 21 ਪਾਰਟ ਅਪਲੋਡ ਕਰ ਚੁੱਕੇ ਹਾਂ ਯੂਟਿਊਬ 'ਤੇ, ਜਾ ਕੇ ਲਿਖੋ ਜਰਮਨ ਲਾਇਸੈਂਸ ਥਿਊਰੀ ਇਨ ਪੰਜਾਬੀ ਲਵ ਸਿੰਘ ਐਮ, ਤੁਹਾਨੂੰ ਉਹ ਪਾਰਟ ਮਿਲਣੇ ਸ਼ੁਰੂ ਹੋ ਜਾਣਗੇ। ਅਤੇ ਨੈਕਸਟ ਪਾਰਟ ਜਿਹੜਾ ਆਪਾਂ ਉਹਦਾ ਆ ਉਹ ਸੰਡੇ ਨੂੰ ਅਪਲੋਡ ਕਰ ਦਿਆਂਗੇ। ਠੀਕ ਆ ਜੀ। ਅਤੇ ਬਾਕੀ ਕਮੈਂਟ ਜ਼ਰੂਰ ਕਰਿਓ, ਲਾਈਕ ਸ਼ੇਅਰ ਅਤੇ ਫੋਲੋ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਜਿਹੜਾ ਭੈਣ ਭਰਾਵਾਂ ਤੱਕ ਪਹੁੰਚ ਸਕੇ। ਜੇ ਕੋਈ ਗੁਸਤਾਖੀ ਹੋ ਜਾਂਦੀ ਹੈ ਤੁਹਾਡਾ ਲਵ ਸਿੰਘ ਐਮ ਦੋਵੇਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਚਾਹੁੰਦਾ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਜਿਉਂਦੇ ਵਸਦੇ ਰਹੋ।